ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਲੁਧਿਆਣਾ ਵਿਖੇ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਹਰਮੀਤ ਸਿੰਘ ਨੇ ਕੀਤੀ। ਮੀਟਿੰਗ ਵਿੱਚ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਅਤੇ ਹੋਰ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇਹ ਸਰਬਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ 25 ਸਤੰਬਰ ਨੂੰ ਜੰਤਰ ਮੰਤਰ ਵਿਖੇ ਕਿਸਾਨੀ ਮੰਗਾਂ ਖਾਤਰ ਧਰਨਾ ਲਗਾ ਕੇ ਖੇਤੀਬਾੜੀ ਮੰਤਰੀ ਭਾਰਤ ਨੂੰ ਪੰਜਾਬ ਦੇ ਕਿਸਾਨਾਂ ਦੀ ਮੰਗਾਂ ਦਾ ਮੰਗ ਪੱਤਰ ਦਿੱਤਾ ਜਾਵੇਗਾ। ਉੱਥੇ ਹੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜੇਕਰ 25 ਸਤੰਬਰ ਦਿੱਲੀ ਦੇ ਜੰਤਰ ਮੰਤਰ ਧਰਨੇ ਤੋਂ ਬਾਅਦ ਕਿਸਾਨਾਂ ਦੀਆਂ 7 ਮੁੱਖ ਮੰਗਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਨਾ ਕੀਤਾ ਗਿਆ ਤਾਂ ਬਹੁਤ ਹੀ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਜਿਹੜੀ ਅੱਜ ਦੀ ਸਾਡੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ, ਇਹਦੇ 'ਚ ਫੈਸਲਾ ਕੀਤਾ ਗਿਆ ਵੀ 25 ਸਤੰਬਰ ਨੂੰ ਦਿੱਲੀ ਵਿਖੇ ਵੱਡਾ ਧਰਨਾ ਲਾਇਆ ਜਾਊਗਾ ਜੰਤਰ ਮੰਤਰ 'ਤੇ। ਅਤੇ ਮੇਨ ਜਿਹੜੀ ਮੰਗ ਸਾਡੀ ਉਹਦੇ 'ਤੇ ਕਿਸਾਨਾਂ ਦੀਆਂ 7 ਮੰਗਾਂ ਲੈ ਕੇ ਜਾ ਰਹੇ ਹਾਂ, ਅਤੇ ਉਹਨਾਂ 'ਚੋਂ ਜਿਹੜੀ SYL ਦਾ ਫੈਸਲਾ ਇਹਨਾਂ ਨੇ ਰਾਖਵਾਂ ਕੀਤਾ ਵੀ ਕੇਂਦਰ ਸਰਕਾਰ ਨੂੰ ਕਿਹਾ ਵੀ 4 ਮਹੀਨੇ ਤੱਕ ਇਹ ਫੈਸਲਾ ਕੀਤਾ ਜਾਵੇ, ਉਹਦੇ 'ਚ ਅਸੀਂ ਸੈਂਟਰ ਸਰਕਾਰ ਨੂੰ ਆਪਦੇ ਪੰਜਾਬ ਦੇ ਕਿਸਾਨਾਂ ਵੱਲੋਂ ਦੱਸਣਾ ਚਾਹੁੰਦੇ ਹਾਂ ਵੀ ਇਹਦੇ ਵਿੱਚ ਜਿਹੜਾ ਹੁਣ ਸਾਡਾ ਅੱਜ ਨਦੀਆਂ ਦਾ ਪਾਣੀ ਆ ਉਹਦੀ ਵੈਲਿਊ ਦੇ ਹਿਸਾਬ ਨਾਲ ਅੱਗੇ ਰੇਸ਼ੋ 60-40 ਦੀ ਹਰਿਆਣੇ ਨਾਲ ਕੀਤੀ ਜਾਵੇ। ਜੇ ਉਹ ਰੇਸ਼ੋ ਅੱਜ ਮੰਨਦੇ ਆ ਵੀ ਜਿਹੜਾ ਦਰਿਆਵਾਂ ਦਾ ਪਾਣੀ ਘੱਟ ਗਿਆ ਤਾਂ ਉਸ ਰੇਸ਼ੋ ਦੇ ਨਾਲੋਂ ਵੀ ਵੱਧ ਹਰਿਆਣਾ ਪਾਣੀ ਲੈ ਕੇ ਜਾ ਰਿਹਾ। ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਵਾਧੂ ਦੇਣ ਨੂੰ ਨਹੀਂ ਹੈ, ਅਤੇ ਜਿਹੜਾ ਅੰਡਰਗਰਾਊਂਡ ਵਾਟਰ ਇਹਦਾ ਦਿਨੋਂ ਦਿਨ ਹਰ ਵਾਰੀ 5-5 ਮੀਟਰ ਥੱਲੇ ਜਾ ਰਿਹਾ, ਜਿਹਦੇ ਨਾਲ ਮੋਟਰਾਂ ਲੱਗਣੀਆਂ ਨਾਮੁਮਕਿਨ ਹੋਣ ਦੇ ਨੇੜੇ ਹੋ ਚੁੱਕੀਆਂ ਨੇ, ਅਤੇ ਪੰਜਾਬ ਦਾ ਪਾਣੀ ਹੈ ਨਹੀਂ। ਦੂਜਾ, ਜਿਹੜਾ NGT ਨੇ ਪਿਛਲੇ ਸਾਲਾਂ ਦੇ 12 ਦੇ ਵਿੱਚ ਫੈਸਲਾ ਲਿੱਤਾ ਸੀ ਪਰਾਲੀ ਨੂੰ ਸੰਭਾਲਣ ਬਾਰੇ, ਅਤੇ ਜੇ ਕੋਈ ਪਰਾਲੀ ਨੂੰ ਅੱਗ ਲਾਉਂਦਾ ਤਾਂ ਉਹਦੇ 'ਤੇ ਚਲਾਨ ਕੱਟਣ ਬਾਰੇ, ਉਹਦੇ 'ਤੇ ਅਸੀਂ ਫੈਸਲਾ ਲੈ ਰਹੇ ਹਾਂ ਵੀ ਜਿਹੜਾ NGTB ਨੇ ਸਾਨੂੰ ਮਾਲੀ ਰੂਪ ਕਿਸਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਸਰਕਾਰਾਂ ਨੇ ਪੂਰਾ ਨਹੀਂ ਕੀਤਾ। ਉਹ ਸਰਕਾਰਾਂ 3,000 ਰੁਪਇਆ ਪਰ ਏਕੜ ਦੇ ਕੇ ਆਪਦਾ ਵਾਅਦਾ ਪੂਰਾ ਕਰਨ, ਤਾਂ ਉਸ ਤੋਂ ਬਾਅਦ ਕਿਸਾਨ ਪਰਾਲੀ ਸੰਭਾਲਣ ਦੇ ਸਮਰੱਥ ਬਣੂਗਾ, ਨਹੀਂ ਜਦ ਤੱਕ ਜੁਰਮਾਨਾ ਜਾਂ ਹਰਜ਼ਾਨਾ ਨਹੀਂ ਦਿੰਦੇ 3,000 ਰੁਪਇਆ ਸਾਨੂੰ ਮੁਆਵਜ਼ਾ, ਤਾਂ ਉਹ ਕਿਸਾਨ ਆਪਣਾ ਅੱਗ ਲਾਊਗਾ। ਤੀਜਾ, ਜਿਹੜਾ ਸਵਾਮੀਨਾਥਨ ਰਿਪੋਰਟ ਨੂੰ ਮੰਨ ਕੇ ਕਹਿੰਦੇ ਰੇਟ ਦਿੱਤਾ ਦਿੱਲੀ ਦੇ ਰੇਟ ਵਾਂਗੂ, ਜਿਵੇਂ ਝੋਨਾ 2,755 ਰੁਪਏ ਬਣਦਾ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਸਾਨੂੰ ਰੇਟ ਦਿੱਤਾ ਜਾਵੇ, ਜਿਹੜਾ ਹੁਣ 1825 ਰੇਟ ਇਹਨਾਂ ਨੇ ਕੀਤਾ ਉਹ ਨਾਮ ਹੈਗਾ, ਖਰਚੇ ਉਹ ਤੋਂ ਕਿਤੇ ਵੱਧ ਨੇ, C2+50% ਸਵਾਮੀਨਾਥਨ ਦੇ ਵਿੱਚ ਲਿਖਿਆ ਹੋਇਆ, ਸਾਨੂੰ ਉਹਦੇ ਹਿਸਾਬ ਨਾਲ ਭਾਅ ਦਿੱਤੇ ਜਾਣ। ਅਸੀਂ ਉੱਥੇ ਅਣਮਿੱਥੇ ਲਈ ਲਾਉਣ ਲਈ ਧਰਨਾ ਦੇਵਾਂਗੇ ਜਦ ਤੱਕ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਦਿੱਲੀ 'ਚ ਜੰਤਰ ਮੰਤਰ। ਲੁਧਿਆਣਾ ਤੋਂ ਅਜੇ ਪਾਹਵਾਦ ਰਿਪੋਰਟ।